ਜੀ ਬਿਲਕੁਲ, ਇਸ ਸਮੇਂ ਅਸੀਂ ਧਰਮਪਥ ਦੇ ਉੱਤੇ ਮੌਜੂਦ ਹੈ ਔਰ ਇਹ ਉਹ ਸੜਕਾਂ ਬਣਾਈਆਂ ਗਈਆਂ ਨੇ ਜਿਸ ਦੇ ਉੱਤੇ ਆ ਕੇ ਸੰਗਤ ਅੱਗੇ ਵਧੇਗੀ, ਸ਼ਰਧਾਲੂ ਅੱਗੇ ਵਧਣਗੇ। ਤੁਸੀਂ ਲਾਜ਼ਮੀ ਤੌਰ ਤੇ ਠੀਕ ਕਹਿ ਰਹੇ ਹੋ ਕਿ ਜਿਹੜਾ ਇੱਥੇ ਰੰਗ ਹੈ ਇਸ ਤਰੀਕੇ ਦੇ ਨਾਲ ਹੈ ਕਿ ਹਰ ਪਾਸੇ ਤੁਹਾਨੂੰ ਰਾਮ ਜੀ ਦੇ ਉਤਸਵ ਦੇ ਰੰਗ ਨਜ਼ਰ ਆਉਣਗੇ। ਔਰ ਕਾਬਿਲੇ ਗੌਰ ਇਹ ਵੀ ਹੈ ਕਿ ਮੈਂ ਕਰੀਬ 3 ਦਿਨਾਂ ਤੋਂ ਇੱਥੇ ਹਾਂ ਔਰ 3 ਦਿਨਾਂ ਦੇ ਵਿੱਚ ਹਰ ਦਿਨ ਇੱਕ ਨਵਾਂ ਹੈ, ਹਰ ਦਿਨ ਇੱਕ ਨਵਾਂ ਇਸ ਕਰਕੇ ਵੀ ਹੈ ਗੁਰਜੋਤ, ਕਿਉਂਕਿ ਜਦੋਂ ਅਸੀਂ ਤਸਵੀਰਾਂ ਦਾ ਜ਼ਿਕਰ ਕਰਦੇ ਹਾਂ ਦੇਰ ਰਾਤ ਇੱਥੋਂ ਨਿਕਲਦੇ ਹਾਂ ਤਾਂ ਅਲੱਗ ਤਰੀਕੇ ਦੀਆਂ ਤਸਵੀਰਾਂ ਹੁੰਦੀਆਂ ਨੇ, ਸਵੇਰੇ ਮੁੜ ਕੇ ਆਉਂਦੇ ਹਾਂ ਤਾਂ ਉਸ ਤੋਂ ਬਾਅਦ ਬਿਲਕੁਲ ਕੁਝ ਵੱਖਰਾ ਹੀ ਹੋਇਆ ਹੋਇਆ ਨਜ਼ਰ ਆ ਰਿਹਾ। ਕਦੇ ਕੋਈ ਡੈਕੋਰੇਸ਼ਨ ਨਵੀਂ ਹੁੰਦੀ ਹੈ, ਕਦੀ ਸੜਕਾਂ ਦੇ ਆਲੇ ਦੁਆਲੇ ਦਾ ਜਿਹੜਾ ਮਾਹੌਲ ਹੈ ਉਹ ਵੱਖਰਾ ਹੁੰਦਾ ਹੈ ਤੇ ਅੱਜ ਦਾ ਮਾਹੌਲ ਤਾਂ ਬਿਲਕੁਲ ਅਲੱਗ ਹੈ ਹੁਣ, ਕਿਉਂਕਿ ਕੁਝ ਘੰਟੇ ਬਾਅਦ ਹੀ ਆਪਾਂ ਸਾਰੇ ਜਾਣਦੇ ਹਾਂ ਕਿ ਪ੍ਰਾਣ ਪ੍ਰਤਿਸ਼ਠਾ ਦਾ ਸਮਾਗਮ ਹੈ, ਉਸ ਤੋਂ ਬਾਅਦ ਪ੍ਰਭੂ ਰਾਮ ਦੇ ਦਰਸ਼ਨ, ਉਸ ਮੰਦਿਰ ਦੇ ਦਰਸ਼ਨ ਜਿਹੜੇ ਕਈ ਸਦੀਆਂ ਤੋਂ ਇੰਤਜ਼ਾਰ ਹੋ ਰਿਹਾ ਸੀ ਉਹ ਹੋ ਜਾਏਗਾ ਤੇ ਇਸ ਕਰਕੇ ਇੱਕ ਵੱਖਰਾ ਮਾਹੌਲ ਹੈ। ਮੈਂ ਤੁਹਾਨੂੰ ਤਸਵੀਰਾਂ ਦੇ ਜ਼ਰੀਏ ਥੋੜ੍ਹਾ ਜਿਹਾ ਦਿਖਾਉਣਾ ਉਸ ਤੋਂ ਬਾਅਦ, ਕਿਉਂਕਿ ਜਦੋਂ ਤੁਸੀਂ ਧਰਮਪਤ ਤੋਂ ਅੱਗੇ ਆਉਂਦੇ ਹੋ ਤਾਂ ਕੁਝ ਇਸ ਤਰੀਕੇ ਦੇ ਨਾਲ ਇੱਥੇ ਇੰਤਜ਼ਾਮ ਕੀਤੇ ਗਏ ਨੇ, ਮੈਂ ਪਹਿਲਾਂ ਵੀ ਆਪਣੇ ਦਰਸ਼ਕਾਂ ਨੂੰ ਦਿਖਾਇਆ ਔਰ ਇੱਕ ਵਾਰੀ ਫਿਰ ਤੋਂ ਤਸਵੀਰਾਂ ਤੁਸੀਂ ਦੇਖੋ। ਅਜੇ ਜੇਕਰ ਅਸੀਂ ਬਿਲਕੁਲ ਸਾਹਮਣੇ ਤੋਂ ਦਿਖਾ ਸਕੀਏ, ਇਸ ਵਾਲੇ ਪਾਸੇ ਤੋਂ ਤਸਵੀਰਾਂ ਦਿਖਾ ਸਕੀਏ ਤਾਂ ਇਹ ਤਸਵੀਰਾਂ ਜਿਹੜੇ ਵੱਖ ਵੱਖ ਸੂਬੇ ਨੇ ਉਹਨਾਂ ਤੋਂ ਇਹ ਕਲਾਕਾਰਾਂ ਨੂੰ ਬੁਲਾਇਆ ਗਿਆ ਇੱਥੇ। ਦੇਖੋ ਇੱਕ ਉਤਸਵ ਦੇ ਵਿੱਚ ਕੀ ਚੀਜ਼ਾਂ ਹੁੰਦੀਆਂ ਨੇ, ਹਰ ਤੁਹਾਨੂੰ ਕਲਾ ਨਜ਼ਰ ਆਵੇ, ਵੱਖ ਵੱਖ ਜਿਹੜੇ ਧਰਮਾਂ ਦੇ ਲੋਕ ਨਜ਼ਰ ਆਉਣ ਔਰ ਉਸ ਦੇ ਨਾਲ ਨਾਲ ਤੁਹਾਨੂੰ ਅਲੱਗ ਅਲੱਗ ਜਿਹੜੀਆਂ ਸੱਭਿਆਚਾਰ ਨੇ ਉਹ ਨਜ਼ਰ ਆਉਣ ਤਾਂ ਉਹੀ ਇੱਥੇ ਸਭ ਕੁਝ ਨਜ਼ਰ ਆ ਰਿਹਾ। ਕੋਈ ਬਿਹਾਰ ਤੋਂ ਆਇਆ ਹੋਇਆ, ਕੋਈ ਮਥੁਰਾ ਤੋਂ ਇੱਥੇ ਪਹੁੰਚੇ ਹੋਏ ਨੇ, ਉੱਤਰ ਪ੍ਰਦੇਸ਼ ਦੇ ਆਪਣੇ ਲੋਕ ਨਾਚ ਜਿਹੜੇ ਹੈਗੇ ਨੇ ਉਹ ਵੀ ਇੱਥੇ ਨਜ਼ਰ ਆ ਰਹੇ ਨੇ ਤਾਂ ਇੱਕ ਮਾਹੌਲ ਇੱਥੇ ਆਲਰੇਡੀ ਹੈ ਤੇ ਇੱਕ ਮਾਹੌਲ ਨੂੰ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਧਰਮਪਦ ਦੇ ਉੱਤੇ ਜਦੋਂ ਆਪਾਂ ਅੱਗੇ ਵੱਧਦੇ ਹਾਂ ਤਾਂ ਕੁਝ ਇਸ ਤਰੀਕੇ ਨਾਲ ਹਰ 20-50 ਮੀਟਰ ਬਾਅਦ ਇਹ ਤਸਵੀਰਾਂ ਇੱਥੇ ਨਜ਼ਰ ਆਉਣਗੀਆਂ। ਇੱਕ ਸਟੇਜ ਬਣਾਈ ਗਈ ਹੈ ਲੈਫਟ ਰਾਈਟ ਦੋਵੇਂ ਪਾਸੇ ਕਿ ਜਦੋਂ 20-50 ਮੀਟਰ ਤੁਸੀਂ ਅੱਗੇ ਜਾਓਗੇ ਤਾਂ ਇਸ ਤਰੀਕੇ ਨਾਲ ਕਲਾਕਾਰਾਂ ਦੀ ਜਿਹੜੀ ਪ੍ਰਸਤੁਤੀ ਹੈ ਉਸਦਾ ਪ੍ਰਬੰਧ ਕੀਤਾ ਗਿਆ, ਉਹ ਲਗਾਤਾਰ ਜਾਰੀ ਹੈ ਔਰ ਲੋਕ ਇੱਥੇ ਖੜ ਜਾਂਦੇ ਨੇ, ਮੀਡੀਆ ਦੇ ਕੈਮਰੇ ਦੇ ਜ਼ਰੀਏ ਪਹੁੰਚ ਰਹੀਆਂ ਇਹ ਤਸਵੀਰਾਂ ਔਰ ਜਿਹੜਾ ਵੀ ਇੱਥੇ ਖੜਾ ਆਪਣੇ ਮੋਬਾਈਲ ਦੇ ਕੈਮਰੇ ਦੇ ਵਿੱਚ ਇਹਨਾਂ ਤਸਵੀਰਾਂ ਨੂੰ ਕੈਦ ਕਰ ਰਿਹਾ ਹੈ। ਬਹੁਤ ਤੁਸੀਂ ਕਹਿ ਸਕਦੇ ਹੋ ਕਿ ਜਿਹੜੇ ਕਲਾਕਾਰ ਆਏ ਹੋਏ ਨੇ ਉਹਨਾਂ ਦੇ ਵੱਲੋਂ ਇਹ ਪੂਰੀ ਪ੍ਰਸਤੁਤੀ ਇੱਥੇ ਦਿੱਤੀ ਜਾ ਰਹੀ ਹੈ। ਮਿਊਜ਼ਿਕ ਤੁਸੀਂ ਥੋੜਾ ਥੋੜਾ ਨਾਲ ਨਾਲ ਸੁਣ ਰਹੇ ਹੋਵੋਗੇ, ਮਿਊਜ਼ਿਕ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਸਦੀ ਆਵਾਜ਼ ਵੀ ਤੁਹਾਡੇ ਤੱਕ ਪਹੁੰਚੇ, ਪਰ ਜਿਹੜੀ ਕਲਾਕਾਰ ਇੱਥੇ ਨਜ਼ਰ ਆਏ ਨੇ ਉਹ ਜੋ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ ਇਸ ਮਾਹੌਲ ਦੇ ਵਿੱਚ 4 ਚੰਨ ਲਗਾਉਣ ਦਾ ਕੰਮ ਇਹ ਕਰ ਰਹੇ ਨੇ। ਕੱਲ੍ਹ ਥੋੜ੍ਹੀ ਜਿਹੀ ਇੱਥੇ ਜਿਵੇਂ ਆਮ ਵਰਗਾ ਮਾਹੌਲ ਸੀ ਉਹਦੇ ਨਾਲ ਥੋੜ੍ਹੀ ਜਿਹੀ ਜ਼ਿਆਦਾ ਭੀੜ ਸੀ, ਪਰ ਅੱਜ ਤਾਂ ਬਿਲਕੁਲ ਹੀ ਵੱਖਰਾ ਮਾਹੌਲ ਹੈ। ਅੱਜ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਸਾਨੂੰ ਨਜ਼ਰ ਆ ਰਹੇ ਨੇ। ਇਸ ਸਮੇਂ ਅਸੀਂ ਲੱਤਾ ਚੌਂਕ ਦੇ ਨੇੜੇ ਹਾਂ ਔਰ ਮੈਂ ਅਯੋਧਿਆ ਤੁਰ ਕੇ ਅੱਜ ਪੂਰਾ ਅਸੀਂ ਅਲੱਗ ਅਲੱਗ ਥਾਵਾਂ ਦੇ ਉੱਤੇ ਜਾਣ ਦੀ ਕੋਸ਼ਿਸ਼ ਕੀਤੀ ਹੈ ਤਾਂ ਅੱਜ ਹਰ ਥਾਂ ਦੇ ਉੱਤੇ ਤੁਹਾਨੂੰ ਜਿਹੜੇ ਬਹੁਤ ਲੋਕ ਨਜ਼ਰ ਆ ਰਹੇ ਨੇ, ਹਰ ਥਾਂ ਦੇ ਉੱਤੇ ਤੁਹਾਨੂੰ ਜਿਹੜੇ ਸ਼ਰਧਾਲੂ ਨਜ਼ਰ ਆ ਰਹੇ ਨੇ ਵੱਖ ਵੱਖ ਰੰਗਾਂ ਦੇ ਵਿੱਚ। ਕੋਈ ਝੰਡਾ ਲੈ ਕੇ ਪਹੁੰਚਿਆ, ਕੋਈ ਸਾਈਕਲ ਤੇ ਪਹੁੰਚਿਆ, ਕੋਈ ਜੈ ਸ਼੍ਰੀ ਰਾਮ ਦੇ ਉਦਘੋਸ਼ ਕਰਦਾ ਹੋਇਆ ਇੱਥੇ ਪਹੁੰਚ ਰਿਹਾ ਤਾਂ ਸਾਰੀਆਂ ਤਸਵੀਰਾਂ ਇੱਕ ਇੱਕ ਕਰਕੇ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਮੈਂ ਹੋਰ ਅੱਗੇ ਜਾਣਾ, ਕੁਝ ਹੋਰ ਤਸਵੀਰਾਂ ਵੀ ਤੁਹਾਡੇ ਤੱਕ ਪਹੁੰਚਾਵਾਂਗੇ ਕਿ ਕਿਸ ਤਰੀਕੇ ਨਾਲ ਇੱਥੇ ਮਾਹੌਲ ਹੈ। ਤਾਂ ਇਹ ਸਾਈਕਲ ਦੇ ਉੱਤੇ ਆਏ ਹੋਏ ਨੇ, ਇਹ ਤਸਵੀਰਾਂ ਦਿਖਾ ਰਹੇ ਹਾਂ। ਅੱਗੇ ਚੱਲਦੇ ਹਾਂ, ਕੁਝ ਹੋਰ ਜਿਹੜੇ ਮੈਂ ਜ਼ਿਕਰ ਕਰ ਰਿਹਾ ਸੀ ਕਿ ਇੱਥੇ ਇੰਤਜ਼ਾਮ ਕੀਤਾ ਗਿਆ, ਸੁਰੱਖਿਆ ਦੇ ਬਹੁਤ ਕਰੜੇ ਇੰਤਜ਼ਾਮ ਨੇ ਔਰ ਪੁਲਿਸ ਬਹੁਤ ਵੱਡੀ ਗਿਣਤੀ ਦੇ ਵਿੱਚ ਹੈ। ਜੋ ਜਾਣਕਾਰੀ ਸਾਡੇ ਕੋਲ ਹੈ ਗੁਰਜੋਤ ਕੀ, ਕਰੀਬ ਕਰੀਬ 25,000 ਦੇ ਨੇੜੇ ਪੁਲਿਸ ਮੁਲਾਜ਼ਮਾਂ ਨੂੰ ਇੱਥੇ ਤੈਨਾਤ ਕਰ ਦਿੱਤਾ ਗਿਆ। ਜਿਹੜੀਆਂ ਆਮ ਗੱਡੀਆਂ ਆਮ ਲੋਕ ਕਾਰਾਂ ਲੈ ਕੇ ਆ ਰਹੇ ਨੇ ਉਹਨਾਂ ਦੀ ਐਂਟਰੀ ਪੂਰੀ ਤਰ੍ਹਾਂ ਦੇ ਨਾਲ ਰੋਕ ਦਿੱਤੀ ਗਈ ਹੈ, ਹਨੂੰਮਾਨ ਗੜੀ ਵਾਲੇ ਪਾਸੇ ਜਾਣ ਦੇ ਲਈ ਜਾਂ ਕਿਸੇ ਹੋਰ ਪਾਸੇ ਜਾਣ ਦੇ ਲਈ। ਜਿਹਨਾਂ ਦੇ ਕੋਲ ਗੱਡੀਆਂ ਦੇ ਪਾਸ ਨੇ ਉਹਨਾਂ ਨੂੰ ਵੀ ਇੱਕ ਥਾਂ ਦੇ ਉੱਤੇ ਹੀ ਜਾਣ ਦੀ ਹੁਣ ਇਜਾਜ਼ਤ ਹੈ। ਉਹ ਵੀ ਕੋਈ ਬਹੁਤ ਜ਼ਿਆਦਾ ਅੱਗੇ
ਤੱਕ ਨਹੀਂ ਜਾ ਸਕਦੇ। ਤਾਂ ਇਹ ਤਸਵੀਰਾਂ ਇਸ ਸਮੇਂ ਅਸੀਂ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਔਰ ਜਿਹੜੇ ਇੰਤਜ਼ਾਮ ਬਿਲਕੁਲ ਆਪਣੇ ਆਖਰੀ ਚਰਨ ਦੇ ਵਿੱਚ ਨੇ ਕਿ ਆਖਰੀ ਪੜਾਅ ਦੇ ਵਿੱਚ ਜਿਹੜੇ ਇੰਤਜ਼ਾਮ ਹੁਣ ਪਹੁੰਚ ਚੁੱਕੇ ਨੇ ਜਾਂ ਕਹੀਏ ਤਕਰੀਬਨ ਮੁਕੰਮਲ ਹੋ ਚੁੱਕੇ ਨੇ। ਸਫਾਈ ਦਾ ਬਹੁਤ ਧਿਆਨ ਰੱਖਿਆ ਜਾ ਰਿਹਾ। ਮੈਂ ਸੈਂਕੜੇ ਸਫਾਈ ਮੁਲਾਜ਼ਮ ਇੱਥੇ ਦੇਖ ਰਿਹਾ ਜਿਨ੍ਹਾਂ ਦੇ ਵੱਲੋਂ ਸਫਾਈ ਕੀਤੀ ਜਾ ਰਹੀ ਹੈ ਔਰ ਕੁਝ ਇਸ ਤਰੀਕੇ ਨਾਲ ਹੀ ਹਰ ਥਾਂ ਦੇ ਉੱਤੇ ਉਹ ਮੇਨ ਸੜਕਾਂ ਹੋਣ ਜਾਂ ਫਿਰ ਮੈਂ ਅੰਦਰ ਅਯੋਧਿਆ ਨਗਰੀ ਦੇ ਜਿਹੜੇ ਪੁਰਾਣੇ ਇਲਾਕੇ ਨੇ ਉਹਨਾਂ ਦੇ ਵਿੱਚ ਅਸੀਂ ਚਲੇ ਜਾਈਏ ਤਾਂ ਉੱਥੇ ਵੀ ਕੁਝ ਇਸ ਤਰੀਕੇ ਦੀਆਂ ਤਸਵੀਰਾਂ ਨੇ। ਤਾਂ ਇੱਧਰ ਆਪਾਂ ਚੱਲਦੇ ਹਾਂ, ਬਹੁਤ ਤੁਹਾਨੂੰ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜੇ ਭਗਵੇਂ ਝੰਡੇ ਨਜ਼ਰ ਆ ਰਹੇ ਹੋਣਗੇ। ਤਾਂ ਕੁਝ ਇਸ ਤਰੀਕੇ ਦਾ ਹੀ ਮਾਹੌਲ ਹੈ, ਕਈ ਜਥੇ ਕਈ ਟੋਲੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਇਕੱਠੇ ਹੋ ਕੇ ਲੋਕ ਆ ਰਹੇ ਨੇ, ਨੌਜਵਾਨ ਹੁੰਦੇ ਨੇ, ਉਹਨਾਂ ਦੇ ਵਿੱਚ ਮਹਿਲਾਵਾਂ ਹੁੰਦੀਆਂ ਨੇ, ਉਹ ਸਭ ਕੁਝ ਇੱਥੇ ਪਹੁੰਚ ਰਹੇ ਨੇ ਔਰ ਜੈ ਸ਼੍ਰੀ ਰਾਮ ਦੇ ਉਦਘੋਸ਼ ਨੇ ਹੱਥਾਂ ਦੇ ਵਿੱਚ ਉਹਨਾਂ ਦੇ ਭਗਵੇ ਝੰਡੇ ਹੁੰਦੇ ਨੇ। ਬਹੁਤ ਸਾਰੇ ਐਸੇ ਲੋਕ ਵੀ ਨੇ ਜਿਹੜੇ ਇੱਥੇ ਜਿਹੜੇ ਪਹੁੰਚੇ ਹੋਏ ਨੇ। ਤਾਂ ਕੁਝ ਤਸਵੀਰਾਂ ਦੇ ਨਾਲ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਮੈਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗਾ। ਬਤਾਈਏ ਕਹਾਂ ਸੇ ਆਏ ਹੋਏ ਹਾਂ? ਅਯੋਧਿਆ ਧਾਮ ਸੇ ਆਏ ਹੋਏ ਸਰ। ਬਤਾਈਏ ਚਰਨ ਪਾਦੁਕਾ ਆਏ ਹੈ? ਯੇ ਚਰਨ ਪਾਦੁਕਾ ਜੋ ਹੈ ਹਮ ਭਗਵਾਨ ਜੀ ਕੋ ਸਮਰਪਿਤ ਕਰੇ ਆਏ ਹੈਂ, ਅਰਪਿਤ ਕਰੇ ਆਏ ਹੈਂ ਜੀ। ਔਰ ਯੇ ਹਮਾਰੀ ਜੋ ਹੈ ਇੱਕ ਮਹਿਲਾ ਹੈ ਜਿਨ੍ਹਾਂ ਨੇ ਆਪਣੇ ਹੱਥੋਂ ਸੇ ਬਣਾਇਆ ਹੈ ਜੀ। ਕਿਆ ਮਤਲਬ ਕਿਸ ਧਾਤੂ ਕੀ ਬਣੀ ਹੋਈ ਹੈ? ਲੱਕੜੀ ਕੀ ਬਣੀ ਹੈ? ਆਮ ਕੀ ਪਿਓਰ ਲੱਕੜੀ ਕੀ ਬਣੀ ਹੈ, ਜਿਸਮੇ ਕਿਸੇ ਪ੍ਰਕਾਰ ਕੀ ਕੀਲ ਕਾ ਕੋਈ ਇਸਤੇਮਾਲ ਨਹੀਂ ਕੀਤਾ ਗਿਆ ਹੈ ਜੀ। ਤਾਂ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖੀਆਂ ਨੇ ਗੁਰਜੋਤ ਤੇ ਚਰਨ ਪਾਦੁਕਾ ਦੇ ਜ਼ਰੀਏ ਆਪਣੀ ਹਾਜ਼ਰੀ ਲਗਵਾਉਣ ਦੇ ਲਈ ਇੱਥੇ ਪਹੁੰਚੇ ਹੋਏ ਨੇ ਜਿਹੜੇ ਸ਼ਰਧਾਲੂ ਨੇ, ਉਹ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆਇਆ। ਮੈਂ ਹੋਰ ਤੁਹਾਨੂੰ ਅੱਗੇ ਲੈ ਕੇ ਚੱਲਦਾ, ਅਲੱਗ ਅਲੱਗ ਰੰਗ ਨੇ ਜਿਹੜੇ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਭੀੜ ਮੈਂ ਜੋ ਜ਼ਿਕਰ ਕੀਤਾ ਸੀ ਕਿ ਕੱਲ੍ਹ ਜ਼ਰੂਰ ਇਸ ਸੜਕ ਦੇ ਉੱਤੇ ਭੀੜ ਨਜ਼ਰ ਆ ਰਹੀ ਸੀ ਪਰ ਚੱਲਣ ਦੇ ਵਿੱਚ ਇੰਨੀ ਦਿੱਕਤ ਨਹੀਂ ਸੀ, ਪਰ ਹੁਣ ਜੇਕਰ ਅਸੀਂ ਦੇਖੀਏ ਤਾਂ ਕਦਮ ਰੱਖਣਾ ਵੀ ਮੁਸ਼ਕਿਲ ਹੋ ਰਿਹਾ, ਇੰਨੇ ਜ਼ਿਆਦਾ ਇੱਥੇ ਲੋਕ ਆਏ ਹੋਏ ਨੇ ਔਰ ਅਲੱਗ ਅਲੱਗ ਥਾਵਾਂ ਤੋਂ, ਜਿਨ੍ਹਾਂ ਦੇ ਨਾਲ ਗੱਲ ਕਰੋ, ਕੋਈ ਮੱਧ ਪ੍ਰਦੇਸ਼ ਤੋਂ ਆਇਆ, ਕੋਈ ਇੱਥੇ ਤੁਸੀਂ ਕਹਿ ਸਕਦੇ ਹੋ ਯੂਪੀ ਤੋਂ, ਬਿਹਾਰ ਤੋਂ, ਕਲਕੱਤਾ ਤੋਂ ਲੋਕ, ਕਰਨਾਟਕ ਤੋਂ, ਆਂਧਰਾ ਪ੍ਰਦੇਸ਼ ਤੋਂ, ਇੱਥੇ ਅਲੱਗ ਅਲੱਗ ਥਾਵਾਂ ਤੋਂ ਜਿਹੜੇ ਲੋਕ ਆਏ ਨੇ ਉਹ ਸਾਨੂੰ ਸਾਰੇ ਮਿਲੇ ਨੇ। ਹਰ ਕਿਸੇ ਦਾ ਭਗਤੀ ਭਾਵ ਇਹੀ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਇਹ ਜ਼ਰੂਰ ਅਸੀਂ ਦਰਸ਼ਨ ਕਰ ਸਕੀਏ। ਤਾਂ ਤਸਵੀਰਾਂ ਪੂਰੇ ਮਾਹੌਲ ਦੀਆਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਮਾਹੌਲ ਹੈ, ਕਿਸ ਤਰੀਕੇ ਨਾਲ ਇੱਥੇ ਲੋਕ ਪਹੁੰਚੇ ਹੋਏ ਨੇ ਔਰ ਕਿਸ ਤਰੀਕੇ ਨਾਲ ਉਹਨਾਂ ਦੇ ਵੱਲੋਂ ਆਪਣਾ ਭਗਤੀ ਭਾਵ ਦਿਖਾਇਆ ਜਾ ਰਿਹਾ। ਪੁਲਿਸ ਵਾਲੇ ਗੱਡੀ 'ਚ ਤੁਹਾਨੂੰ ਨਜ਼ਰ ਆ ਰਹੇ ਹੋਣਗੇ, ਮੈਂ ਪਹਿਲਾਂ ਹੀ ਜ਼ਿਕਰ ਕੀਤਾ ਕਿ ਬਹੁਤ ਵੱਡੀ ਗਿਣਤੀ 'ਚ ਇੱਥੇ ਪਹੁੰਚੇ ਹੋਏ ਨੇ ਔਰ ਉਹ ਵੀ ਆਪਣੇ ਫੋਨ ਦੇ ਵਿੱਚ, ਕੈਮਰਿਆਂ ਦੇ ਵਿੱਚ ਮੌਜੂਦਾ ਜੋ ਮਾਹੌਲ ਹੈ ਉਸਨੂੰ ਕੈਦ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਤਾਂ ਤਸਵੀਰਾਂ ਔਰ ਇਸ ਦੇ ਨਾਲ ਨਾਲ ਕਹਾਂ ਸੇ ਆਏ, ਕਹਾਂ ਸੇ ਆਏ? ਮਹਾਰਾਸ਼ਟਰ ਸੇ ਆਏ ਹੂੰ ਮੈਂ। ਜੀ ਬਤਾਈਏ ਕੁਛ ਕਿਸ ਤਰ੍ਹਾਂ ਕਾ ਮਾਹੌਲ, ਕਿਸ ਤਰ੍ਹਾਂ ਕਾ ਅਹਿਸਾਸ ਯਹਾਂ ਪਰ ਹੈ? ਮੈਨੂੰ ਤਾਂ ਐਸਾ ਲੱਗ ਰਿਹਾ ਹੈ ਕਿ ਹਮਾਰੇ ਦਿਲ ਖੁਸ਼ ਹੋ ਗਿਆ ਹਮਾਰਾ ਪੂਰਾ। ਜੀ ਤੋ ਆਪ ਜੈ ਸ਼੍ਰੀ ਰਾਮ ਕਾ ਉਦਘੋਸ਼ ਕਰ ਰਹੇ ਹੈਂ? ਹਾਂ, ਹਮ ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਯਹਾਂ ਕਾ ਮਾਹੌਲ ਦੇਖ ਕੇ ਹਮਕੋ ਐਸਾ ਲੱਗ ਰਿਹਾ ਹੈ ਇਧਰ ਹੀ ਮਰ ਜਾਓ। ਹਮਾਰੇ ਪੂਰਵਜੋਂ ਕੇ ਪੁਣ੍ਯ ਸਫਲ ਹੋਏ, ਆਜ ਲੱਗ ਰਿਹਾ ਹੈ ਐਸਾ ਅਯੋਧਿਆ ਮੈਂ ਆਕਰ ਕੇ ਕਿ 500 ਸਾਲ ਸੇ ਜੋ ਹਮਾਰੀ ਹੈ ਤੋ ਮੁਮਕਿਨ ਹੈ। ਜੈ ਸ਼੍ਰੀ ਰਾਮ ਤੁਹਾਨੂੰ ਨਜ਼ਰ ਆ ਰਿਹਾ ਹੋਏਗਾ, ਕਹਾਂ ਸੇ ਆਏ ਹਾਂ? ਯਹੀ ਅਯੋਧਿਆ ਸੇ ਹਾਂ। ਬਤਾਈਏ ਕਿਸ ਤਰ੍ਹਾਂ ਕਾ ਮਾਹੌਲ ਨਜ਼ਰ ਆ ਰਿਹਾ ਹੈ ਆਪਕੋ ਅਯੋਧਿਆ ਵਾਸੀ? ਮਾਹੌਲ ਤੋ ਇਤਨਾ ਅੱਛਾ ਹੈ ਕਿ ਰੋਮ ਰੋਮ ਮੈਂ ਬਸ ਰਾਮ ਬਸ ਗਏ ਹੈ, ਪੂਰੀ ਤਰਫ ਮਾਹੌਲ ਬਿਲਕੁਲ ਏਕਦਮ ਸੇ ਉਤਸ਼ਾਹਿਤ ਸਭ ਲੋਕ ਦਿਖ ਰਹੇ ਹੈ। ਆਪ ਵੀ ਅਯੋਧਿਆ ਸੇ ਹੈ? ਬਤਾਈਏ ਕਿਸ ਤਰ੍ਹਾਂ ਕਾ ਮਾਹੌਲ ਆਪਕੋ ਨਜ਼ਰ ਆ ਰਿਹਾ ਹੈ? ਭਗਤੀ ਭਾਵ ਪਹਿਲੇ ਔਰ ਆਜ ਕੀ ਡੇਟ ਮੈਂ ਕਿਸ ਤਰ੍ਹਾਂ ਕਾ ਅਲੱਗ ਹੈ ਸਭ? ਬਹੁਤ ਜ਼ਿਆਦਾ ਅਲੱਗ ਹੈ ਪਹਿਲੇ ਔਰ ਅਬ ਕੀ। ਜੀ ਬਹੁਤ ਅੰਤਰ ਦਿਖਾਈ ਦੇ ਰਿਹਾ, ਸਾਫ ਸਫਾਈ ਆਪ ਦੇਖ ਸਕਦੇ ਹੈ, ਬਹੁਤ ਹੀ ਅੱਛੀ ਹੈ ਬਿਲਕੁਲ। ਤਾਂ ਜਿਹੜੇ ਅਯੋਧਿਆ ਦੇ ਰਹਿਣ ਵਾਲੇ ਨੇ ਉਹ ਵੀ ਅੱਜ ਸੜਕਾਂ ਦੇ ਉੱਤੇ ਲਾਜ਼ਮੀ ਤੌਰ ਤੇ ਉਹਨਾਂ ਦੇ ਸ਼ਹਿਰ ਦੇ ਵਿੱਚ ਇਹ ਪੂਰਾ ਜਸ਼ਨ ਦਾ ਮਾਹੌਲ ਹੈ ਔਰ ਹੋਵੇ ਵੀ ਕਿਉਂ ਨਾ ਕਿ ਉਹ ਵੀ ਕਿਉਂ ਇਸ ਪੂਰੇ ਜਿਹੜਾ ਮੌਕਾ ਇਸ ਨੂੰ ਸੈਲੀਬ੍ਰੇਟ ਨਾ ਕਰਨ। ਤਾਂ ਉਹੀ ਤਸਵੀਰਾਂ ਮੈਂ ਤੁਹਾਡੇ ਤੱਕ ਪਹੁੰਚਾ ਰਿਹਾ ਔਰ ਮਾਹੌਲ ਇਸ ਤਰੀਕੇ ਨਾਲ
ਕੁਝ ਮੈਂ ਵਲੌਗ ਦੇ ਜ਼ਰੀਏ ਵੀ ਦਿਖਾਇਆ ਸੀ, ਇੱਕ ਵਾਰ ਦਿਖਾਵਾਂ ਕਿ ਕਿਵੇਂ ਖੂਬਸੂਰਤ ਪੇਂਟਿੰਗਸ ਕੀਤੀਆਂ ਗਈਆਂ ਨੇ ਸੜਕਾਂ ਦੇ ਉੱਤੇ, ਔਰ ਇਹ ਪਿਛਲੇ ਕੁਝ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਪੇਂਟ ਪ੍ਰੋਪਰ ਕੀਤਾ ਗਿਆ ਤਾਂ ਕਿ ਜੇ ਮੀਂਹ ਪੈ ਰਿਹਾ, ਪਾਣੀ ਪੈ ਰਿਹਾ, ਸਫਾਈ ਹੋ ਰਹੀ ਹੈ, ਗੱਡੀਆਂ ਨਿਕਲ ਰਹੀਆਂ, ਲੋਕ ਤੁਰ ਰਹੇ ਹੈ, ਤਾਂ ਇਹ ਜਿਹੜੀਆਂ ਪੇਂਟਿੰਗਸ ਨੇ ਮਿਟੀਆਂ ਨਹੀਂ ਨੇ, ਬਲਕਿ ਰੰਗੋਲੀ ਨਹੀਂ ਹੈ, ਬਲਕਿ ਇੱਕ ਪ੍ਰੋਪਰ ਪੇਂਟ ਦੇ ਜ਼ਰੀਏ ਇਹ ਬਣਾਈਆਂ ਹੋਈਆਂ ਨੇ। ਤਾਂ ਅਸੀਂ ਅੱਗੇ ਵੱਧ ਰਹੇ ਹਾਂ ਹਨੂੰਮਾਨ ਗੜੀ ਵਾਲੇ ਪਾਸੇ, ਪ੍ਰਭੂ ਰਾਮ ਦੇ ਮੰਦਿਰ ਵਾਲੇ ਪਾਸੇ, ਔਰ ਮਾਹੌਲ ਇਸ ਸਮੇਂ ਤੁਹਾਨੂੰ ਨਜ਼ਰ ਆ ਰਿਹਾ ਹੋਏਗਾ, ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਦਾ ਜਿਹੜਾ ਬੋਰਡ ਹੈ ਆਪਾਂ ਨੂੰ ਇੱਥੇ ਨਜ਼ਰ ਆ ਰਿਹਾ। ਤਾਂ ਉਸ ਤੋਂ ਬਾਅਦ ਅਸੀਂ ਅੱਗੇ ਵਧੀਏ ਤਾਂ ਦੋਵੇਂ ਪਾਸੇ ਬਹੁਤ ਖੂਬਸੂਰਤ ਫੁੱਲਾਂ ਦੀ ਡੈਕੋਰੇਸ਼ਨ ਹੈ, ਤਾਂ ਬਹੁਤ ਸੋਹਣੇ ਫੁੱਲਾਂ ਦੀ ਇੱਕ ਵੱਡੇ ਵੱਡੇ ਗੇਟ ਬਣਾ ਦਿੱਤੇ ਗਏ ਨੇ, ਔਰ ਉਸ ਦੀਆਂ ਤਸਵੀਰਾਂ ਤੁਸੀਂ ਦੇਖੋ ਆਪਣੀ ਸਕਰੀਨ ਦੇ ਉੱਤੇ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਇਹ ਇੱਥੇ ਜਿਹੜਾ ਫੁੱਲਾਂ ਦੇ ਨਾਲ ਗੇਟ ਬਣਾਏ ਗਏ ਨੇ ਉਹਨਾਂ ਦੇ ਉੱਤੇ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਇਹ ਤਸਵੀਰਾਂ। ਤਾਂ ਕੋਸ਼ਿਸ਼ ਇਹੀ ਹੈ ਕਿ ਹਰ ਇੱਕ ਰੰਗ ਅਯੋਧਿਆ ਨਗਰੀ ਦਾ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਸਕੀਏ। ਜਿਹੜੇ ਪੰਜਾਬ ਤੋਂ, ਹਰਿਆਣਾ ਤੋਂ ਸਾਡੇ ਦਰਸ਼ਕ ਇੱਥੇ ਨਹੀਂ ਪਹੁੰਚੇ, ਆਉਣ ਵਾਲੇ ਦਿਨਾਂ ਦੇ ਵਿੱਚ ਲਾਜ਼ਮੀ ਤੌਰ ਤੇ ਉਹ ਸੋਚ ਰਹੇ ਹੋਣਗੇ ਕਿ ਅਸੀਂ ਵੀ ਅਯੋਧਿਆ ਨਗਰੀ ਜਾਈਏ, ਤਾਂ ਅੱਜ ਦੀ ਅਯੋਧਿਆ ਨਗਰੀ ਦੀ ਕਿਸ ਤਰੀਕੇ ਦੀ ਤਸਵੀਰ ਹੈ, ਅੱਜ ਦੀ ਅਯੋਧਿਆ ਨਗਰੀ ਕਿੰਨੀ ਬਦਲੀ ਹੋਈ ਨਜ਼ਰ ਆ ਰਹੀ ਹੈ, ਔਰ ਇਸ ਉਤਸਵ ਦੇ ਲਈ ਕਿੰਨੀ ਵੱਡੀ ਤਿਆਰੀ ਕੀਤੀ ਗਈ ਹੈ, ਉਹ ਸਭ ਕੁਝ ਦਿਖਾ ਰਹੇ ਹਾਂ ਤੁਹਾਨੂੰ। ਇੱਥੇ ਥੋੜੇ ਜਿਹੇ ਹੋਰ ਰੰਗ ਦਿਖਾਉਂਦੇ ਹਾਂ, ਵੱਖ ਵੱਖ ਥਾਵਾਂ ਤੋਂ ਜਿਹੜੇ ਲੋਕ ਆਏ ਹੋਏ ਨੇ, ਜੋ ਮੈਂ ਜ਼ਿਕਰ ਕਰ ਰਿਹਾ ਸੀ ਕਿ ਕਲਾਕਾਰ ਬਹੁਤ ਦੂਰ ਦੂਰ ਤੋਂ ਆਏ ਹੋਏ ਨੇ, ਔਰ ਸੜਕ ਦੇ ਦੋਵੇਂ ਪਾਸੇ ਲੈਫਟ ਰਾਈਟ ਤੁਸੀਂ ਅੱਗੇ ਵੱਧਦੇ ਜਾਓ ਥੋੜੀ ਥੋੜੀ ਦੂਰੀ ਦੇ ਉੱਤੇ। ਇਹ ਕੁਝ ਇਸ ਤਰੀਕੇ ਨਾਲ ਪਰਫਾਰਮੈਂਸ ਦੇ ਲਈ ਜਿਹੜੇ ਇਹ ਕਲਾਕਾਰ ਨੇ ਉਹਨਾਂ ਨੂੰ ਸੱਦਿਆ ਗਿਆ ਤੇ ਉਹਨਾਂ ਦੇ ਵੱਲੋਂ ਇਹ ਪਰਫਾਰਮੈਂਸ ਦਿੱਤੀ ਜਾ ਰਹੀ ਹੈ, ਤਾਂ ਉਹ ਵੀ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਦੀ ਦਿਖਾਉਂਦੇ ਹਾਂ ਕਿ ਕਿਸ ਤਰੀਕੇ ਨਾਲ ਇਹ ਸੈਲੀਬ੍ਰੇਸ਼ਨ ਇੱਥੇ ਉਹਦੇ ਵਿੱਚ ਹੋਰ ਚਾਰ ਚੰਨ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ। ਤਾਂ ਅਸੀਂ ਦੇਖ ਰਹੇ ਹਾਂ ਢੋਲ ਨਗਾੜਿਆਂ ਦੇ ਨਾਲ, ਨਗਾੜੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ, ਉਸ ਦੇ ਨਾਲ ਇਹ ਲੋਕ ਇੱਥੇ ਪਹੁੰਚੇ ਹੋਏ ਨੇ, ਕਲਾਕਾਰ ਪਹੁੰਚੇ ਹੋਏ ਨੇ। ਇਹ ਤਸਵੀਰਾਂ ਦੇ ਨਾਲ ਨਾਲ ਤੁਸੀਂ ਇੱਥੇ ਦਾ ਮਾਹੌਲ ਕਿਸ ਤਰੀਕੇ ਦਾ ਉਸ ਨੂੰ ਵੀ ਮਹਿਸੂਸ ਕਰਨ ਦੀ ਕੋਸ਼ਿਸ਼ ਜ਼ਰੂਰ ਕਰ ਸਕਦੇ ਹੋ ਕਿ ਕਿਵੇਂ ਦਾ ਮਾਹੌਲ ਹੈ, ਔਰ ਜਿਹੜੇ ਲੋਕ ਇੱਥੇ ਪਹੁੰਚੇ ਹੋਏ ਨੇ ਉਹ ਕਿੰਨਾ ਇਸ ਪੂਰੇ ਆਨੰਦ ਮਾਣ ਰਹੇ ਹੋਣਗੇ। ਤਾਂ ਥੋੜ੍ਹੀ ਜਿਹੀ ਪਰਫਾਰਮੈਂਸ ਦੇ ਲਈ ਅਸੀਂ ਇਹਨਾਂ ਨੂੰ ਰਿਕੁਐਸਟ ਕਰ ਰਹੇ ਹਾਂ ਕਿ ਥੋੜ੍ਹਾ ਜਿਹਾ ਦਿਖਾ ਦਿਆ ਜਾਏ ਜੀ। ਇਹ ਪਰਫਾਰਮੈਂਸ ਜੋ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਇਹ ਇੱਕ ਤਰੀਕੇ ਨਾਲ ਮਾਹੌਲ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਕਿ ਰਾਮ ਮੇ ਮਾਹੌਲ ਹੋਵੇ, ਅਲੱਗ ਅਲੱਗ ਥਾਵਾਂ ਦੇ ਜਿਹੜੇ ਲੋਕ ਗੀਤ ਨੇ ਜਾਂ ਲੋਕ ਨਾਚ ਨੇ ਉਹਨਾਂ ਨੂੰ ਵੀ ਇੱਥੇ ਜਿਹੜਾ ਆਮ ਲੋਕ ਜਿਹੜੇ ਪਹੁੰਚੇ ਹੋਏ ਨੇ ਉਹਨਾਂ ਨੂੰ ਦਿਖਾਇਆ ਜਾ ਰਿਹਾ ਹੈ। ਤਾਂ ਉਹ ਵੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਇਹਨਾਂ ਦੇ ਵੱਲੋਂ ਇਹ ਪੂਰੇ ਇੰਤਜ਼ਾਮ ਕੀਤੇ ਗਏ ਨੇ, ਔਰ ਖੂਬ ਤੁਸੀਂ ਕਹਿ ਸਕਦੇ ਹੋ ਕਿ ਇੱਥੇ ਵੱਖ ਵੱਖ ਰੰਗ ਨਜ਼ਰ ਆ ਰਹੇ ਨੇ। ਮਥੁਰਾ ਸੇ ਆਏ ਹੈ, ਬਤਾਈਏ ਕਿਤਨੇ ਲੋਕ ਆਏ ਹੋਏ। ਤਾਂ ਇਹ ਤਸਵੀਰਾਂ ਦਿਖਾ ਰਹੇ ਹਾਂ, ਕਈ ਬਜ਼ੁਰਗ ਵੀ ਹੈਗੇ ਨੇ ਇਸ ਪੂਰੇ ਗਰੁੱਪ ਦੇ ਵਿੱਚ।
बताइए कितने लोग आए हुए हैं? हम 15-15 की तीन टीम आई हैं जी। कितने और किस तरह का माहौल नजर आ रहा है, क्या कुछ प्रस्तुत आप कर रहे हैं, कौन सा ये लोक नाच है? ये ब्रज का लोक नृत्य है जी, और बहुत अच्छी खुशी हमें महसूस हो रही है आज यहाँ जी। जो हम गांव कामर तहसील छाता जिला मथुरा से यहाँ चल करके आए हैं जी, हमको बहुत ही आनंद, क्योंकि आज हमारे प्रभु राम 500 वर्ष के बाद में अपने घर लौटे हैं जी। तो हमको इतनी खुशी हो रही है, तो बहुत बहुत खुशी हो रही है। और कल हर घर में दीप जलेंगे, उन्हें दिवाली मनाई जाएगी जी। चलिए शुक्रिया, बहुत बहुत धन्यवाद। ता हर घर च दिवाली मनाई जाएगी, ये तुसी सुन रहे हो। और जे मैं सड़क दे हर पासे देखा ता अलग अलग सड़क तो निकलते हुए अलग अलग जत्थे तुहानू नजर आउंदे होणगे। मैं जो अपनिया अखां नाल देख पा रहा उसनु भी नाल नाल एक्सप्लेन कर रहे हैं, क्योंकि जेडे कैमरे के नजरिए दे नाल कुछ तस्वीर पहुंच रही ने, पर दूजे पासे बिल्कुल हर पासे राम रंग नजर आ रहा है। अयोध्या नगरी दे विच अलौकिक नजारा है, सदियां तक ये चीजा याद रहनगियां कि 22 जनवरी 2024 नू किस तरीके दे नाल प्रभु राम दे मंदिर दा प्राण प्रतिष्ठा हुई सी, उद्घाटन होया सी, और किवें लोग उत्थे पहुंचे सी, श्रद्धालु पहुंचे सी, तो वह तस्वीर अज ये तुहाडे ज़हन दे विच हमेशा दे लई ताजियां रहनगियां। और उही असीं तुहानू अज दिखाउण दी कोशिश कर रहे हैं कि किस तरीके दे नाल जड़े इत्थे लोग पहुंच रहे ने, जड़े इत्थे श्रद्धालु पहुंच रहे ने, साधु संत पहुंच रहे ने, आम लोग पहुंच रहे ने, और हर कोई हर तस्वीर नू देखना चाहुंदा है नजदीक तो, हर तस्वीर दे नाल नू अपने अंदर उतारना चाहुंदा है। ये तस्वीर ये पूरी रोड जिहड़ी तुसी देख रहे हो ये प्रभु राम दे मंदिर वाले पासे जा रही है, हनुमानगढ़ी दा पहला आएगा ते उस तो बाद प्रभु राम जिहड़ा नवा मंदिर बन रहा है उसका जिहड़ा गेट बनाया गया वह आएगा। मैं ये भी तुहानू दसा कि करीब 3-4 घंटे पहला मैं उस वाले पासे तो हनुमानगढ़ी और राम मंदिर वाले पासे तो आया, और मैं 4 घंटे बाद जाऊंगा हुण तां उत्थे हुण बिल्कुल एक वखरा नजारा होएगा। हुण बिल्कुल तुसी कह सकदे हो कि वखरे तरीके नाल तैयारियां होणगियां, और हर 10 मिनट बाद, अद्धे घंटे बाद वखरी वखरी चीजा नजर आउंदियां ने। इत्थे हजारां ही तुसी कह सकदे हो कि जिहड़े एडमिनिस्ट्रेशन दे वल्लों लोक लगाए गए ने, वर्कर लगाए गए ने, उहनां दे वल्लों इत्थे लगातार कम किया जा रहा है। जिहड़ियां रात नूं असीं निकले इत्थों गुरजोत ग्रिल्स नहीं सी, सवेरे उठ के आए तां सड़क दे इक पासे ग्रिल लगी हुई सी, तां इह इक एग्जाम्पल दे तौर दे उत्ते मैं दस रहा कि किस तरीके नाल नजारा इत्थे नजर आ रहा है। असीं थोड़ा जिहा अगे वधदे हां, मैं डिवाइडर दे उत्ते इस समय खड़ा है, और दोवें पासे सड़क दे किस तरीके दा माहौल है वह मैं जरूर देख पा रहा, और तुहानू अगे लैके चलदे हां कि किवें दा माहौल है, और किस तरीके दे नाल हर कोई इस समय तुसीं कह सकदे हो कि अपने कैमरियां दे विच भी कैद कर रहा है, हर कोई देख भी रहा है। इंतजार कुछ ही घंटियां दा है, उस तो बाद प्राण प्रतिष्ठा, और इस दे नाल नाल जो मैं जिक्र कर रहा सी कि ना सिर्फ 22 तरीक दा इंतजार है, बल्कि इंतजार जिहड़े भगत ने उन्हां नू इस चीज दा भी है कि वह कदों अयोध्या पहुंचणगे। एक बारी अजे जेकर पिछे दिखा सकीए कि छोटे बच्चों तो लैके वड्डे सब इत्थे आ रहे ने की करके, और तस्वीरां अपने आप दे विच बहुत कुछ बयान कर रही ने। और जय श्री राम दे उद्घोष नारे खूब लगते हुए नजर आ रहे ने, और कुछ लोग इत्थे दे भी हैगे ने अयोध्या वासी, कुछ बाहर तो आए हुए ने अलग अलग, इनफैक्ट पंजाब तो हरियाणा तो भी सानू बहुत सारे लोग नजर आए ने, तो वह भी तस्वीरां असी तस्वीरां दे जरिए ही अपने दर्शकों तक पहुंचा रहे हैं। कहा जाता आम तौर पर कि हर तस्वीर अपने आप दे विच बहुत ही लंबी कहानी बयान करती है, तो यह दूर तक मेरी नजर जा रही है, जिथे भी नजर जाएगी इत्थे श्रद्धालु नजर आते हैं।